संगत जी गुरु साहब जी रामयाणे एक रात रुके हन पिछे उत्थे भाई कुद्दा सिंह वड़िंग दा जिक्र है गुरु की साखियां विच उत्थे एक रात रुके गुरु साहब जी अगे चलदे हन उत्थों तकरीबन असी 6 किलोमीटर दूर इस वेले खड़े हाँ। यह गुरद्वारा साहिब पिछे है जिसनों रामसर साहिब वैसे ना है पर हुण इहनूं रामसर साहिब कहा जाता है। इत्थे भी एक ढाब सी इत्थे एक वण दा दरुख्त भी है और ये पिंड मल्लण हुण कहिंदे हन उस वेले मल्लण पिंड नहीं सी ये रामेआणा पिंड दी ही जू सीगी। हुण मल्लण पिंड तकरीबन इत्थों 1 किलोमीटर दूर दक्षण वाले पासे है। ये स्थान खेतां दे विच एक सोहना गुरद्वारा साहिब बनिया होया है। बुढ़ा दल दा इत्थे प्रबंध है। धन धन श्री गुरु गोबिंद सिंह साहिब जी ओ महाराज जदों इत्थे आउंदे हन तां इत्थे इतिहास दसदा है कि एक जुगराज वड़िंग नां दा मनुख पशु चार रहा सी। हुण गुरू साहिब इत्थे रुके हन थोड़ा चिर अगे चले जांदे हन ते इत्थे सिंघ उहनूं कहिंदे हन कि जे मुगल फौज आई तां तूं उहनां नूं दसी ना कि सिंघ इधर नूं गए हन। उदों उह कहिंदा ठीक है मैं नहीं दसांगा। गुरू साहिब जी तां अगे चले गए हन। कुछ घंटियां बाद जदों मुगल फौज इत्थे पहुंची तां मुगलां ने जदों इहनूं पुछिया भी गुरू साहिब गए हैं इधर नूं तां उदों ये डर गया मुगलों तो तां उदों इन्हें कह दिता हाँ अज ही सवेरे गुरु साहिब इतों लंघ के गए हैं। हुण मुगलों नूं गुरु साहिब जी की पक्की रिपोर्ट हो गई कि गुरु साहिब इस दिशा च जा रहे हैं। मुगलों नूं हौसला भी हो गया कि असी उन्हां नूं हुण छेती ही फड़ लवांगे। हुण संगत जी इसने तां ये इतलाह दे दित्ती पर जदों बाद विच गुरु साहिब जी नूं पता लगता है कि जुगराज वड़िंग ने इतलाह दे दिती है तां गुरु साहिब दे मूहों ये सहज सुभाए बचन निकल गए ये जट आफरिया फिरदा है छोटी जी गल भी अपने ढिड विच नहीं पचा सकिया। इतिहास दसदा है कि इस जुगराज वड़िंग की मौत आफर के ही होई उस तो बाद च और असी ये लिखिया पढ़िया है भाई धन्ना सिंह ने 90 साल पहला भी लिखिया है कि वह जुगराज वड़िंग की जिहड़ी औलाद है ना खानदान ਉਹ ਫਿਰ ਸਾਰੇ ਹੀ ਅਫਰੇਵੇਂ ਦੇ ਨਾਲ ਹੀ ਮਰਦੇ ਹਨ। ਅੱਜ ਵੀ ਅਸੀਂ ਪਹਿਲਾਂ ਪਿੰਡ 'ਚ ਜਦੋਂ ਕਿਸੇ ਨੂੰ ਪੁੱਛਿਆ ਉਹ ਥੋੜ੍ਹਾ ਝੱਕ ਗਏ ਗੱਲ ਇਹ ਨਹੀਂ ਖੁੱਲ੍ਹ ਕੇ ਕੀਤੀ ਬਾਅਦ 'ਚ ਦੂਜਿਆਂ ਨੂੰ ਜਦੋਂ ਪੁੱਛਿਆ ਹੋਰ ਕਿਤੇ ਆਣ ਕੇ ਤਾਂ ਉਹ ਕਹਿੰਦੇ ਅਸੀਂ ਵੀ ਵੜਿੰਗ ਹਾਂ ਪਰ ਉਸ ਪਰਿਵਾਰ ਦੇ ਵਿੱਚ ਅੱਜ ਵੀ ਚਾਹੇ ਉਹ ਮੌਤ ਹੋਣ ਤੋਂ ਥੋੜ੍ਹਾ ਚਿਰ ਪਹਿਲਾਂ ਹੋ ਜਾਵੇ ਅਤੇ ਚਾਹੇ ਮੌਤ ਤੋਂ ਬਾਅਦ 'ਚ ਸਰੀਰ ਨੂੰ ਅਫਰੇਵਾਂ ਪੈ ਜਾਏ ਪਰ ਅਫਰੇਵੇਂ ਦੇ ਕੁਛ ਸਾਈਨਸ ਐਂਡ ਸਿਮਟਮਸ ਜ਼ਰੂਰ ਦਿਖਦੇ ਹਨ। ਗੁਰੂ ਸਾਹਿਬ ਜੀ ਦੇ ਬਚਨ ਅਟਲ ਹਨ ਇਹ ਨਹੀਂ ਬਦਲੇ ਜਾ ਸਕਦੇ। ਗੁਰੂ ਸਾਹਿਬ ਖੁਸ਼ੀ 'ਤੇ ਆਉਣ ਆਪ ਇਹਨਾਂ ਨੂੰ ਮਾਫ਼ ਕਰ ਦੇਣ। ਹੁਣ ਇੱਥੇ ਅੱਜ ਦੇ ਜਿਹੜੇ ਜ਼ਿਆਦਾ ਸਿਆਣੇ ਸਿੱਖ ਹਨ ਉਹ ਕਹਿਣਗੇ ਉਹਨੇ ਤਾਂ ਕਸੂਰ ਕੀਤਾ ਸੀ ਉਸ ਦੀ ਔਲਾਦ ਜਾਂ ਉਸਦਾ ਖਾਨਦਾਨ ਅੱਜ 300 ਸਾਲ ਬਾਅਦ ਵੀ ਇੱਦਾਂ ਕਿਉਂ ਹੋ ਰਿਹਾ ਹੈ ਇਹ ਗੁਰੂ ਸਾਹਿਬ ਜਾਣਦੇ ਹਨ। ਸੰਗਤ ਜੀ ਯਾਦ ਰੱਖਿਓ ਪੂਰਾ ਨਿਆਉ ਕਰੇ ਕਰਤਾਰ। ਤੁਸੀਂ ਅਤੇ ਮੈਂ ਕਿਸੇ ਦਾ ਫੈਸਲਾ ਕਰਾ ਸਕਦੇ ਹਾਂ ਪਰ ਅਸੀਂ ਪੂਰਾ ਨਿਆਂ ਨਹੀਂ ਕਰ ਸਕਦੇ। ਪੂਰਾ ਨਿਆਂ ਪਰਮੇਸ਼ਰ ਕਰਦਾ ਹੈ। ਇਹ ਜਿਹੜੇ ਜੀਵ ਇਹਨਾਂ ਦੇ ਘਰਾਂ 'ਚ ਪੈਦਾ ਹੁੰਦੇ ਹੋਣਗੇ ਇਹਨਾਂ ਦਾ ਕੋਈ ਲੇਖਾ ਹੀ ਇੱਦਾਂ ਦਾ ਹੋਏਗਾ ਕਿ ਇਹ ਇੱਥੇ ਪੈਦਾ ਹੁੰਦੇ ਹਨ ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ। ਹਾਂ ਅਸੀਂ ਦੁਨੀਆ 'ਚ ਤੁਰੇ ਫਿਰਦੇ ਸਾਨੂੰ ਤਾਂ ਐਂ ਲੱਗਦਾ ਹੈ ਕਿ ਜਿਵੇਂ ਅਸੀਂ ਮਰਨਾ ਹੀ ਨਹੀਂ ਕਦੀ ਮੌਤ ਭੁੱਲੇ ਫਿਰਦੇ ਹਾਂ ਪਰ ਗੁਰਬਾਣੀ ਦਾ ਪ੍ਰਮਾਣ ਹੈ ਕਿ ਮਰਨਾ ਅਸੀਂ ਲਿਖਾ ਕੇ ਆਏ ਹਾਂ। ਕਿੱਦਾਂ ਮਰਨਾ ਹੈ ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ ਇਹ ਸਾਨੂੰ ਨਹੀਂ ਪਤਾ ਪਰ ਉਸ ਨੂੰ ਪਤਾ ਹੈ ਜਿਹਨੇ ਲਿਖ ਕੇ ਭੇਜਿਆ ਹੈ। ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਬਚਨ ਗੁਰੂ ਸਾਹਿਬ ਜੀ ਦੇ 7 ਹੋ ਰਹੇ ਹਨ। ਮੱਲਣ ਪਿੰਡ ਹੈ ਗੁਰਦੁਆਰਾ ਰਾਮਸਰ ਸਾਹਿਬ ਹੈ ਬੁੱਢਾ ਦਲ ਦਾ ਪ੍ਰਬੰਧ ਹੈ। ਸੰਗਤ ਜੀ ਇੱਥੋਂ ਫਿਰ ਗੁਰੂ ਸਾਹਿਬ ਜੀ ਅਗਲੇ ਪਿੰਡ ਗਏ ਹਨ ਜਿਸ ਦਾ ਨਾਂ ਗੁੜੀ ਸੰਗਰ ਹੈ ਉਹ ਨਾਂ ਕਿਉਂ ਪਿਆ ਆਓ ਉੱਥੇ ਚੱਲ ਕੇ ਹੀ ਵਿਚਾਰ ਕਰਦੇ ਹਾਂ। ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਈਨ ਮੰਨਣੀ ਨੀ ਤੇਥੋਂ ਅਸੀਂ ਡਰ ਕੇ ਓਏ ਸੂਬਿਆ ਓਏ ਵੈਰੀਆ। ਸੰਗਤ ਜੀ ਗੁਰੂ ਸਾਹਿਬ ਜੀ ਮੱਲਣ ਪਿੰਡ ਤੋਂ ਰਵਾਂ ਰਵੀ ਇਸ ਪਿੰਡ ਪਹੁੰਚਦੇ ਹਨ। ਅੱਜ ਇਸ ਦਾ ਨਾਂ ਗੁੜੀ ਸੰਗਰ ਹੈ ਨਾਂ ਕਿਵੇਂ ਪਿਆ ਇਤਿਹਾਸ ਤੋਂ ਪਤਾ ਲੱਗ ਜਾਏਗਾ। ਗੁਰੂ ਸਾਹਿਬ ਜੀ ਆਉਂਦੇ ਹਨ ਇੱਥੇ ਪਿੱਛੇ ਇੱਕ ਵਣ ਦਾ ਰੁੱਖ ਹੈ ਜਿੱਥੇ ਗੁਰੂ ਸਾਹਿਬ ਜੀ ਆਰਾਮ ਕਰਨ ਲਈ ਬੈਠ ਜਾਂਦੇ ਹਨ ਤਾਂ ਪਿੰਡ ਵਿੱਚ ਪਤਾ ਲੱਗਣ 'ਤੇ ਪਿੰਡ ਵਾਲੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨ ਆਉਂਦੇ ਹਨ। ਇੱਥੇ ਗੁਰੂ ਸਾਹਿਬ ਜੀ ਨੂੰ ਇਹ ਗੁੜ ਦੀ ਇੱਕ ਭੇਲੀ ਭੇਟ ਕੀਤੀ ਗਈ ਜਿਹੜੀ ਨਾਲ ਦੇ ਸਿੰਘਾਂ ਵਿੱਚ ਵਰਤਾਈ ਗਈ। ਸੰਗਤ ਜੀ ਉੱਥੋਂ ਹੀ ਇਸ ਪਿੰਡ ਦਾ ਨਾਂ ਗੁੜੀ ਸੰਗਰ ਪਿਆ ਹੈ।
ਹੁਣ ਗੁਰੂ ਸਾਹਿਬ ਜੀ ਨੂੰ ਪਤਾ ਹੈ ਕਿ ਪਿੱਛੇ ਫੌਜ ਚੜ੍ਹਦੀ ਆ ਰਹੀ ਹੈ, ਹੁਣ ਲੋੜ ਹੈ ਕਿ ਕੋਈ ਟਿਕਾਣਾ ਕਰ ਲਿਆ ਜਾਵੇ ਤਾਂ ਪੈਰ ਜਮਾ ਕੇ ਲੜਾਈ ਕੀਤੀ ਜਾਵੇ। ਗੁਰੂ ਸਾਹਿਬ ਜੀ ਨੇ ਇੱਥੋਂ ਦਾ ਜਿਹੜਾ ਮੁਖੀ ਸੀ, ਜਿਸ ਦਾ ਨਾਂ ਇੱਥੇ ਰੂਪਾ ਖੱਤਰੀ ਲਿਖਿਆ ਹੋਇਆ ਹੈ, ਉਸ ਨੂੰ ਕਿਹਾ ਕਿ ਅਸੀਂ ਇੱਥੇ ਤੁਰਕਾਂ ਦੇ ਨਾਲ ਜੰਗ ਕਰਨਾ ਚਾਹੁੰਦੇ ਹਾਂ। ਤਾਂ ਉਸ ਵੇਲੇ ਰੂਪੇ ਖੱਤਰੀ ਨੇ ਕਿਹਾ, ਗੁਰੂ ਸਾਹਿਬ ਜੀ ਕਿਉਂ ਤੁਸੀਂ ਪਿੰਡ ਦਾ ਨੁਕਸਾਨ ਕਰਾਉਣਾ ਚਾਹੁੰਦੇ ਹੋ? ਇਹ ਛੋਟਾ ਜਿਹਾ ਮੇਰਾ ਪਿੰਡ ਹੈ, ਜੇ ਤੁਸੀਂ ਇੱਥੇ ਜੰਗ ਕੀਤੀ ਤਾਂ ਤੁਰਕ ਸਾਡਾ ਪਿੰਡ ਉਜਾੜ ਦੇਣਗੇ। ਕਲਗੀਧਰ ਜੀ ਕਹਿੰਦੇ, ਅਸੀਂ ਤਾਂ ਇੱਥੋਂ ਚਲੇ ਜਾਵਾਂਗੇ, ਪਰ ਜੇ ਇਸ ਪਿੰਡ ਨੇ ਉਜੜਨਾ ਹੈ ਤਾਂ ਇਹ ਉਜੜ ਕੇ ਹੀ ਰਹੇਗਾ। ਇਤਿਹਾਸ ਇਹ ਦੱਸਦਾ ਹੈ ਕਿ ਇਹ ਪਿੰਡ ਉਸ ਤੋਂ ਬਾਅਦ 'ਚ ਉਜੜਿਆ। ਜੋ ਇਸ ਪਿੰਡ ਦਾ ਅਸਲੀ ਥਾਂ ਹੈ, ਜਿਹੜਾ ਪਿੰਡ ਦੇ ਵਿਚਕਾਰ ਹੈ, ਉਸ ਨੂੰ ਅੱਜ ਵੀ ਇਹ ਲੋਕ ਥੇ ਕਹਿੰਦੇ ਹਨ ਅਤੇ ਮੰਨਦੇ ਹਨ ਕਿ ਇਹ ਉਜੜਿਆ ਹੋਇਆ ਹੈ। ਉਸ ਤੋਂ ਬਾਅਦ 'ਚ ਇਹ ਨਵਾਂ ਪਿੰਡ ਦੁਬਾਰਾ ਜਦੋਂ ਬੱਜਾ, ਇਸ ਦਾ ਨਾਂ ਹੁਣ ਗੁੜੀ ਸੰਗਰ ਮਸ਼ਹੂਰ ਹੈ। ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਜੀ ਦੇ ਇੱਥੇ ਆਉਣ ਦੀ ਯਾਦ ਵਿੱਚ ਬਣਿਆ ਹੋਇਆ ਹੈ। ਗੁਰੂ ਸਾਹਿਬ ਕਿਰਪਾ ਕਰਨ, ਯਾਤਰਾ ਕਰਵਾਉਂਦੇ ਰਹਿਣ। ਇੱਥੋਂ ਕਲਗੀਧਰ ਪਿਤਾ ਜੀ ਅੱਗੇ ਕੌਣੀ ਪਿੰਡ ਨੂੰ ਜਾਂਦੇ ਹਨ, ਆਓ ਆਪਾਂ ਉੱਥੇ ਚੱਲ ਕੇ ਦਰਸ਼ਨ ਕਰਦੇ ਹਾਂ। ਗੁੜੀ ਸੰਗਰ ਤੋਂ ਗੁਰੂ ਸਾਹਿਬ ਜੀ ਅੱਗੇ ਕੌਣੀ ਪਿੰਡ ਆਉਂਦੇ ਹਨ। ਉਸ ਸਮੇਂ ਦੱਸਿਆ ਜਾਂਦਾ ਹੈ ਕਿ ਇੱਥੇ ਇੱਕ ਢਾਬ ਸੀਗੀ ਪਾਣੀ ਦੀ, ਅਤੇ ਉੱਥੇ ਕਾਂ ਬਹੁਤ ਜ਼ਿਆਦਾ ਰਹਿੰਦੇ ਸਨ। ਪਹਿਲਾਂ ਇਸ ਨੂੰ ਕਾਂਵਾਂ ਵਾਲੀ ਤੋਂ ਹੌਲੀ ਹੌਲੀ ਕਾਉਣੀ ਕਹਿਣ ਲੱਗ ਪਏ, ਅਤੇ ਗੁਰੂ ਸਾਹਿਬ ਜੀ ਦੇ ਆਉਣ ਕਰਕੇ ਇਸ ਦਾ ਨਾਮ ਗੁਰੂ ਦੀ ਢਾਬ ਵੀ ਕਹਿੰਦੇ ਰਹੇ। ਇੱਥੇ ਇਸ ਵੇਲੇ ਇਹ ਪਿੰਡ ਕਾਉਣੀ ਦੇ ਨਾਂ 'ਤੇ ਮਸ਼ਹੂਰ ਹੈ। ਕਲਗੀਧਰ ਪਿਤਾ ਜੀ ਮੱਲਣ ਗੁੜੀ ਸੰਗਰ ਤੋਂ ਹੁੰਦੇ ਹੋਏ ਇੱਥੇ ਕਾਉਣੀ ਆਏ ਹਨ। ਕੁਛ ਇਤਿਹਾਸ ਕਹਿੰਦਾ ਹੈ ਕਿ ਗੁਰੂ ਸਾਹਿਬ ਸ਼ਾਇਦ ਇੱਥੇ ਰਾਤ ਵੀ ਰੁਕੇ ਹਨ। ਇੱਥੇ ਗੁਰੂ ਸਾਹਿਬ ਜੀ ਦੇ ਆਉਣ ਦੀ ਯਾਦ ਵਿੱਚ ਗੁਰਦੁਆਰਾ ਤੰਬੂ ਸਾਹਿਬ ਬਣਿਆ ਹੋਇਆ ਹੈ। ਇਹ ਉਹੀ ਸੜਕ ਹੈ, ਗੁਰੂ ਗੋਬਿੰਦ ਸਿੰਘ ਜੀ ਮਾਰਗ ਵਾਲੀ, ਬਿਲਕੁਲ ਗੁਰਦੁਆਰਾ ਸਾਹਿਬ ਉੱਪਰ ਹੈ। ਕੌਣੀ ਪਿੰਡ ਤੋਂ ਅਸੀਂ ਬਾਹਰ ਨਿਕਲ ਆਏ ਹਾਂ। ਅੱਗੇ ਇੱਥੋਂ ਗੁਰੂ ਸਾਹਿਬ ਜੀ ਦੋਧਾ ਪਿੰਡ ਅਤੇ ਫਿਰ ਅੱਗੇ ਭੁੱਲਰ ਪਿੰਡ ਵੱਲੋਂ ਦੀ ਹੋ ਕੇ ਮੁਕਤਸਰ ਸਾਹਿਬ ਨੂੰ ਚਲੇ ਜਾਂਦੇ ਹਨ। ਇੱਕ ਪਾਸੇ ਪੈਟਰੋਲ ਪੰਪ, ਇੱਕ ਪਾਸੇ ਗੁਰਦੁਆਰਾ, ਇੱਕ ਪਾਸੇ ਕਲਗੀਧਰ, ਇੱਕ ਪਾਸੇ ਜੱਗ ਸਾਰਾ। ਕਲਗੀਧਰ ਜੀ ਤੂੰ ਮੈਨੂੰ ਲੱਗੇ ਬੜਾ ਪਿਆਰਾ, ਦੁਨੀਆ ਵੱਲ ਪਿੱਠ ਤੇ ਤੇਰੇ ਵੱਲ ਮੁੱਖ ਜਾਰਾ। ਤੇਰੇ ਪੁੱਤਾਂ ਨੂੰ ਸ਼ਹੀਦ ਕੀਤਾ, ਵਜੀਦ ਖਾਨ ਹਤਿਆਰਾ, ਤੇਰੇ ਉੱਤੋਂ ਜਾਨ ਵਾਰੇ, ਧਰਮ ਹਿੰਮਤ ਮੁਹਕਮ ਪਿਆਰਾ। ਕਲਗੀਧਰ ਜੀ ਤੇਰੇ ਬਿਨਾ ਲੱਗੇ ਉਜਾੜ ਸੰਸਾਰਾ,